ਲੈ ਵੀ ਪਾ ਲੋ ਪਿੰਡ ਦੀ ਮੈਂਬਰ ਨਹੀਂ ਤਾਂ ਤੂੰ ਬਣ ਹੀ ਗਈ ਤੇ ਹੁਣ ਹੁਣ ਤਾਂ ਸਾਰਾ ਪਿੰਡ ਦਾ ਕੰਮ ਤੂੰ ਹੀ ਕਰਵਾਇਆ ਕਰੇਂਗੀ ਤੇ ਨਾਲੇ ਪਿੰਡ ਦੀਆਂ ਗਲੀਆਂ ਪੱਕੀਆਂ ਕਰਵਾਉਂਗੀ ਪਿੰਡ ਦੀਆਂ ਨਾਲੀਆਂ ਬਣਵਾਉਂਗੀ ਗਰੀਬ ਕੁੜੀਆਂ ਦਾ ਵਿਆਹ ਕਰੂੰਗੀ ਕਿਉਂਕਿ ਉਹਨਾਂ ਵਿਚਾਰੀਆਂ ਦਾ ਕਿਹੜਾ ਕੋਈ ਹੁੰਦਾ ਮਾਪੇ ਤਾਂ ਬੜੇ ਗਰੀਬ ਹੁੰਦੇ ਆ ਨਾ ਵੈਸੇ ਵੀ 13 ਵੋਟਾਂ ਤੇ ਜਿੱਤੀਆਂ 13 ਵੋਟਾਂ ਤੇ ਔਰ 13 ਵੋਟਾਂ ਤੇ ਜਿੱਤਣਾ ਕੋਈ ਮਾੜੀ ਮੋਟੀ ਗੱਲ ਪਈ ਆ ਇੱਥੇ ਤਾਂ ਵੱਡਿਆਂ ਵੱਡਿਆਂ ਨੂੰ ਨਹੀਂ ਕੋਈ ਪੁੱਛਦਾ ਹਾਂ ਇੱਕ ਗੱਲ ਹੋਰ ਮੈਂ ਤਾਂ ਪਿੰਡ ਦਾ ਇੰਨਾ ਕੰਮ ਕਰਵਾਉਂਗੀ ਇੰਨਾ ਕੰਮ ਕਰਵਾਉਂਗੀ ਨਾ ਜਿਹੜਾ ਪਿੰਡ ਦਾ ਸਰਪੰਚ ਆ ਇਹਨੂੰ ਤਾਂ ਮੈਂ 2 ਮਿੰਟਾਂ 'ਚ ਖੂੰਜੇ ਲਾ ਦੂੰਗੀ ਖੂੰਜੇ ਨਾ ਮੇਰੇ ਮੂਹਰੇ ਉਹ ਕੀ ਲੱਗਦਾ ਮੇਰਾ ਹੈ ਮੈਂ ਤਾਂ ਹੁਣ ਠਾਠ ਨਾਲ ਜੀਆ ਕਰੂੰਗੀ ਠਾਠ ਨਾਲ ਓਹੋ ਗੱਲ ਚੇਤੇ ਆਈ ਮੇਰੇ ਨਾ ਪਿੰਡ ਦੇ ਵਿੱਚ ਮੈਂ 13 ਵੋਟਾਂ ਤੇ ਜਿੱਤੀਆਂ ਆਖਰ ਜੇ ਮੈਂ ਗਲੀਆਂ ਦੇ ਵਿੱਚ ਤੁਰ ਕੇ ਗੇੜੇ ਲਾਉਂਗੀ ਤਾਂ ਪਿੰਡ ਕੀ ਕਹੂਗਾ ਵੀ ਹਾਏ ਹਾਏ ਆਹ ਮੈਂਬਰ ਨਹੀਂ ਤਾਂ ਤੁਰੀ ਜਾਂਦੀ ਆ ਮੇਰੀ ਤਾਂ ਬੇਇੱਜ਼ਤੀ ਹੋ ਜੂਗੀ ਜੇ ਕਿਸੇ ਨੇ ਮੈਨੂੰ ਤਾਨਾ ਮਾਰਤਾ ਨਾ 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 ਮੈਨੂੰ ਤਾਂ ਕੋਈ ਨਾ ਕੋਈ ਜੁਗਾੜ ਕਰਨਾ ਪੈਣਾ ਕੋਈ ਨਾ ਕੋਈ ਮਸ਼ੀਨਰੀ ਲੈਣੀ ਪੈਣੀ ਆ ਆਏ ਤੁਰੀ ਜਾਂਦੀ ਤਾਂ ਮੈਂ ਚੰਗੀ ਨਹੀਂ ਲੱਗਦੀ ਆਖਰ 13 ਵੋਟਾਂ ਤੇ ਜਿੱਤੀਆਂ ਹੁਣ ਤਾਂ ਮੈਨੂੰ ਕੋਈ ਨਾ ਕੋਈ ਜੁਗਾੜ ਕਰਨਾ ਪਊਗਾ ਕੋਈ ਗੱਲ ਨਹੀਂ ਪਾਲੋ 13 ਵੋਟਾਂ ਤੇ ਜਿੱਤੀਆਂ 13 ਵੋਟਾਂ ਤੇ ਇੱਕ ਤਾਣ ਕੇ ਤੁਰਿਆ ਕਰ ਐਂ ਕਰਕੇ ਇਹ ਚੜ ਜਾ ਹੁਣ ਲੈ ਓਏ ਮਗਰਾ ਚੈਨ ਤਾਂ ਚੜ ਗਈ ਇੱਕ ਤਾਂ ਜਮੀਆ ਟਾਇਰ ਵੀ ਘਸਿਆ ਪਿਆ ਮੇਰੇ ਸਾਲਿਆਂ ਦਾ ਨਾ ਪਿਛਲੇ 10 ਦਿਨਾਂ ਦੇ ਵਿੱਚ 20 ਵਾਰ ਪੈਂਚਰ ਹੋ ਗਿਆ ਮੈਂ ਟਾਇਰ ਪੈਂਚਰਾਂ ਨੂੰ ਪੁੱਛਿਆ ਮਾਂ ਭਾਈ ਸਸਤੀ ਜੀ ਕੰਪਨੀ ਦਾ ਟਾਇਰ ਕਿੰਨੇ ਦਾ ਉਹ ਕਹਿੰਦਾ ਸਸਤੀ ਤੋਂ ਸਸਤੀ ਕੰਪਨੀ ਦਾ ਟਾਇਰ 350 ਦਾ 350 ਨੇ ਜੁੜਨਾ ਨਹੀਂ ਟਾਇਰ ਨੇ ਪੈਣਾ ਨਹੀਂ ਹੈਗਾ ਬੇ ਸੁਣਦਾ ਨਹੀਂ ਹਾਂ ਜ਼ਿੰਮੇਵਾਰੀਆਂ ਵੱਧ ਗਈਆਂ ਜ਼ਿੰਮੇਵਾਰੀਆਂ ਮੈਨੂੰ ਤਾਂ ਕਿਤੇ ਦਿੰਦੀਆਂ ਨਹੀਂ ਹੈਗੀਆਂ ਬੇ ਆਲੇ ਦੁਆਲੇ ਕੀ ਦੇਖਦਾ ਮੇਰੀ ਜ਼ਿੰਮੇਵਾਰੀ ਵੱਧ ਗਈ ਮੇਰੀ ਆਖਰ 13 ਵੋਟਾਂ ਤੇ ਜਿੱਤੀ ਹੋਈ ਮੈਂਬਰ ਨਹੀਂ ਆ ਮੈਂ ਅੱਛਾ ਹੋਰ ਮੇਰੀ ਗੱਲ ਸੁਣ ਹੁਣ ਤਾਂ ਮੈਨੂੰ ਲੋਕਾਂ ਦੇ ਕੀ ਪਤਾ ਕਿਹੜੇ ਵੇਲੇ ਭੱਜ ਕੇ ਜਾਣਾ ਪੈ ਜੇ ਕੀ ਪਤਾ ਪਿੰਡ 'ਚ ਕਿਹੜੇ ਵੇਲੇ ਵਾਕਾ ਹੋ ਜੇ ਕੋਈ ਲੜਾਈ ਹੋ ਜੇ ਕੋਈ ਗੱਲਬਾਤ ਹੋ ਜੇ ਨਾ ਜੇ ਮੈਂ ਇੱਥੇ ਗਲੀਆਂ ਦੇ ਵਿੱਚ ਤੁਰ ਕੇ ਜਾਊਂਗੀ ਅਗਲਾ ਕਹੂਗਾ 13 ਵੋਟਾਂ ਤੇ ਜਿੱਤੀ ਹੋਈ ਮੈਂਬਰ ਦੀ ਤੁਰ ਕੇ ਜਾਂਦੀ ਆ ਤੇ ਜੇ ਕਿਸੇ ਨੇ ਮੈਨੂੰ ਤਾਨਾ ਮਾਰਤਾ ਮੇਰਾ ਤਾਂ ਨੱਕ ਵੱਡਿਆ ਜਾਊ ਨੱਕ ਮੇਰੀ ਗੱਲ ਸੁਣ ਆ ਮੈਨੂੰ ਨਾ ਸਕੂਟਰੀ ਲੈ ਕੇ ਦੇ ਜਨਾਨੀ ਵਾਲੀ ਇਹਦੇ ਬਿਨਾਂ ਨਹੀਂ ਮੇਰਾ ਸਰਦਾ ਦੇਖ ਦੇਖ ਮੇਰੇ ਸਿਆਂ ਦੀ ਕਹੀ ਜਿਹਾ ਗੱਲਾਂ ਕਰਦੀ ਆ ਘਰੇ ਖਾਣ ਨੂੰ ਦਾਣੇ ਨਹੀਂ ਹੈਗੇ ਮਾਂ ਕਰਾ ਟਾਲੀ ਚੱਕੀ ਦੀ ਲੜਦੀ ਫਿਰਦੀ ਵੀ ਆਟਾ ਪਹਿਲਾਂ ਮੇਰਾ ਪੀ ਦੋ ਮੇਰਾ ਪੀ ਦੋ ਗੱਲ ਸੁਣ ਲਾ ਸੀਰੀ ਬੰਦਾ ਸੀਰੀ ਨੌਕਰ ਬੰਦਾ ਮੈਂ ਜੱਟਾਂ ਨਾਲ ਕੋਈ ਉਹ ਨਹੀਂ ਹੈਗਾ ਜਿਹੜਾ ਲੋਕਾਂ ਨਾਲ ਝੂਠੇ ਵਾਅਦੇ ਕਰ ਗਿਆ ਗੁਟਕੇ ਦੀ ਸਹੁੰ ਚੱਕ ਕੇ ਨਹੀਂ ਉਹ ਪਟਿਆਲੇ ਵਾਲਾ ਰਾਜਾ ਕੋਈ ਨਹੀਂ ਹੈਗਾ ਮੈਂ ਤੇਰੇ ਪਟਿਆਲੇ ਵਾਲੇ ਰਾਜੇ ਰੂਜੇ ਦਾ ਵੇ ਮੈਂ ਆਖਰ 13 ਵੋਟਾਂ ਤੇ ਜਿੱਤੀ ਮੈਂਬਰ ਨਹੀਂ ਆ ਨਾ ਮੈਨੂੰ ਤਾਂ ਲੋਕਾਂ ਦੇ 100 ਕੰਮ ਕਰਾਉਣੇ ਪੈਣਗੇ ਜੇ ਮੈਂ ਇੱਥੇ ਕਿਸੇ ਲੋਕਾਂ ਦਾ ਕੰਮ ਕਰ ਕਰਾਉਂਗੀ ਵੇ ਤਾਂ ਹੀ ਮੈਨੂੰ ਪਿੰਡ ਵਾਲੇ ਸਹਿਮਤੀ ਨਾਲ ਸਰਪੰਚ ਨਹੀਂ ਬਣਾਉਣਗੇ ਸਰਪੰਚ ਬੰਦੇ ਨਹੀਂ ਮਾਰ ਦੇ ਦਈਏ ਸਰਪੰਚ ਮੈਂਬਰ ਮਰ ਗਏ ਵੇ ਮੇਰੀ ਗੱਲ ਸੁਣ ਬਾਲਾ ਨਾ ਬਾਤੂ ਮੇਰੀ ਸਕੂਟਰੀ ਦਾ ਇੰਤਜ਼ਾਮ ਕਰ ਸਕੂਟਰੀ ਦਾ ਮੇਰੇ ਕੋਲ ਨਹੀਂ ਹੈਗੇ ਪੈਸੇ 1 ਲੱਖ ਰੁਪਿਆ ਚੱਕੇ ਦੀ ਉਸ ਨਾਲ ਘਰ ਦੀ ਕਬੀਲਦਾਰੀ ਚਲਾਈ ਆ ਮਾਰੀ ਇਹ ਗੱਲਾਂ ਮਾਰਦੀ ਆ ਮੈਂ ਕਰਾ ਅੱਗੇ ਜੱਟ ਨਾ ਤੂੰ ਹੀ ਗਿੱਦੜੀ ਵਾਂਗੂ ਦੇਖਣ ਲੱਗ ਰਿਹਾ ਨਾ ਹੁਣ ਗਿੱਦੜੀ ਵਾਂਗੂ ਮੈਨੂੰ 40 ਕੁੱਟ ਪਿਆ ਦੇ ਮੈਂ ਜਾਵਾਂ ਕੰਮ ਤੇ ਏ ਮੇਰੇ ਤੋਂ ਨਹੀਂ ਬਣਦੀ ਚਾਹ ਤੂੰ ਮੈਂ ਤੈਨੂੰ ਆਖਿਆ ਬਸ ਸਕੂਟਰੀ ਦਾ ਇੰਤਜ਼ਾਮ ਸਕੂਟਰੀ ਦਾ ਮੈਂ ਨਹੀਂ ਤੁਰ ਕੇ ਜਾਣਾ ਮੈਂ ਆਪਣੀ ਨੱਕ ਨਹੀਂ ਬਣਾਉਣੀ ਸਕੂਟਰੀ ਨਹੀਂ ਆਉਂਦੀ ਹੈਗੀ ਮਰੀ ਜਾਂਦੀ ਹੈ ਸਕੂਟਰੀ ਲੈਣੀ ਹੈ ਸਕੂਟਰੀ ਲੈਣੀ ਹੈ ਇਹ ਮੈਂ ਬਥੇਰੀ ਮਿਹਨਤ ਕੀਤੀ ਹੈ ਮੈਂਬਰ ਦੀ ਬਣ ਬਣ ਮੇਰੇ ਤੋਂ ਤੈ ਨਹੀਂ ਕਰੀ ਉਹ ਤਾਂ ਲੋਕਾਂ ਨੇ ਮਾਰੇ ਕਰਮ ਤੇ ਵਿੜੇ ਆਲਿਆਂ ਦੇ ਜਿਹੜੇ ਤੈਨੂੰ 13 ਵੋਟਾਂ ਦੇ ਦਿੱਤਾ ਓਏ ਹਾਏ ਵੇ ਬੇੜਾ ਬੈ ਕੇ ਤੇਰਾ ਮੈਂ ਤੇਰੇ ਘਰ ਵਾਲੀ ਬਣੀ ਆ ਮੈਂਬਰ ਦੀ ਤੇਰੇ ਘਰ ਵਾਲੀ ਤੇ ਤੇਰੇ ਮੁੱਖ ਕੀੜੇ ਮਰੇ ਆ ਮੱਝਾਂ ਦੇ ਬੋਲ ਨਹੀਂ ਸਕਦੇ ਪੂਰਾ ਚੋ ਨਹੀਂ ਪੂਰਾ ਚੋ ਮੈਂ ਤਾਂ ਉਹਨਾਂ ਨੂੰ ਕਹਿੰਦਾ ਸੀ ਬਿਨਾ ਬਣਾਓ ਇਹਨੂੰ ਇਹ ਤਾਂ ਪਹਿਲੀ ਮਾਰ ਨਹੀਂ ਇੱਕ ਕਾਕਾ ਦਿੱਤਾ ਬੀਬੀ ਨੂੰ ਹੋਰ ਮੈਂਬਰੀ ਆ ਕੁੱਟ ਲਿਆ ਦੇ ਜਾਦੀ ਕਰਕੇ ਜੱਟਾਂ ਦੇ ਬਗ ਜੂਆਂ ਬੀਬੀ ਮਾਂ ਪਹਿਲੇ ਆਉਣੀ ਆ ਅੱਖਾਂ ਲੱਗ ਰਹੇ ਉਹਨੇ ਕੱਢਣ ਅੱਗੇ ਉਹ ਮੇਰੇ ਸਾਲੀ ਕਹਿੰਦੀ 13 ਵੋਟਾਂ ਤੇ ਜਿੱਤੀ ਹੋਈਆਂ 13 ਵੋਟਾਂ ਤੇ ਹੁਣ ਪਵਾ ਦੂੰਗਾ 26 ਵੋਟਾਂ ਕੂੜੇ ਤੋਂ ਆੜਾ ਨਹੀਂ ਆਂਦਾ ਗਿਆ ਬਣੀਆ ਵੱਡੀ ਸਰਪੰਚਣੀ ਇਹ ਕਿਤੇ ਤੈਨੂੰ ਲੋਕ ਮੁੱਖ ਮੰਤਰੀ ਨਾ ਬਣਾ ਦੇਣਾ ਲੈ ਵੀ ਪਾ ਘਰ ਦਾ ਕੰਮ ਤਾਂ ਗਿਆ ਸਾਰਾ ਨਿਬੜ ਹੁਣ ਤਾਂ ਇਹ ਵੀ ਵਗ ਗਿਆ ਇਹਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਪਿੰਡ 'ਚ ਗੇੜਾ ਮਾਰ ਕੇ ਆ ਜੂੰਗੀ ਨਹੀਂ ਤਾਂ ਐਵੇਂ ਨੱਕ ਬੁੱਲ 'ਚ ਕੱਢਦਾ ਰਹਿੰਦਾ ਤਾਂ ਮੇਰੇ 'ਤੇ ਨਾ ਮੈਂ ਆਈ ਕਰਦੀ ਜਿਹੜੀਆਂ 2-4 ਗਲੀਆਂ ਰਹਿ ਗਈਆਂ ਨਾ ਪੱਕੀਆਂ ਕਰਵਾਉਣ ਵਾਲੀਆਂ ਉਹਨਾਂ ਬਾਰੇ ਦੇਖ ਕੇ ਆਉਂਦੀ ਬਾਕੀ ਤਾਂ ਸਾਰੇ ਪਿੰਡ ਦੀਆਂ ਹੋ ਹੀ ਗਈਆਂ ਆ ਕਹਿੰਦੇ ਨੇ ਕਹਿੰਦੇ ਨਵੇਂ ਸੀਮਟ ਵਾਲੀਆਂ ਕੋਈ ਇੱਟਾਂ ਉੱਟਾਂ ਆਈਆਂ ਨਾ ਜੇ ਮੈਂ 4 ਗਲੀਆਂ ਹੋਰ ਪੱਕੀਆਂ ਕਰਵਾਉਂਗੀ ਤਾਂ ਮੇਰੀਆਂ ਵੋਟਾਂ ਪੱਕੀਆਂ ਤੇ ਮੇਰੀ ਸਰਪੰਚੀ ਪੱਕੀ ਚੱਲ ਭੈਣੇ ਚੱਲ ਜਾਣਾ ਹੀ ਪੈਣਾ ਕਾਹਨੂੰ ਸਰਪੰਚੀ ਛੱਡਣੀ ਆ ਕਾਹਨੂੰ ਵੋਟਾਂ ਛੱਡਣੀਆਂ ਨਾਲੇ Thank you.
ਮੇਰਾ ਤੇਰਾ ਵੋਟਾਂ ਤੇ ਜਿੱਤ ਕੇ ਮੈਂਬਰ ਨਹੀਂ ਬਣਦਾ ਕੀ ਫਾਇਦਾ ਮੈਂ ਤਾਂ ਮੌਕਾ ਸਾਹਿਬ ਦੀ ਮੌਕਾ ਆ ਜਦੋਂ ਨੂੰ ਸਰਪੰਚ ਨੇ 11 ਵਜੇ ਨੂੰ ਉੱਠ ਕੇ ਚਾਹ ਪਾਣੀ ਪੀ ਕੇ ਗੇੜਾ ਮਾਰਨਾ ਉਦੋਂ ਨੂੰ ਤਾਂ ਮੈਂ ਸਾਰੀਆਂ ਗਲੀਆਂ ਦੇਖ ਜੂੰਗੀ ਵੀ ਕਿਤੇ ਕੀ ਹੋਇਆ ਕਿਤੇ ਕੀ ਹੋਇਆ ਨਾਲੇ ਇੱਕ ਗੱਲ ਹੋਰ ਆ ਗਲੀਆਂ ਪੱਕੀਆਂ ਕਰਵਾ ਕੇ ਫੱਟੀ ਤੇ ਲੱਗੇ ਕਿ ਲਵਾਂਗੂ ਮੇਰੀ ਸਰਪੰਚੀ ਪੱਕੀ ਇਹ ਮੌਕਾ ਤਾਂ ਨਹੀਂ ਮੈਂ ਛੱਡਦੀ ਨਾਲੇ ਮੇਰੀਆਂ ਵੋਟਾਂ ਤਾਂ ਜਿਹਨੇ ਨਹੀਂ ਵੀ ਪਾਈ ਆਉਂਦੀ ਵਾਰ ਨੂੰ ਉਹਦੀ ਵੋਟ ਵੀ ਪੱਕੀ ਆਏ ਕਰਦੀ ਨਾਲ ਤਾਂ 5-4 ਘਰਾਂ ਦੇ ਜਾਦੂ ਪੀ ਜਾਂਦੀ ਆ ਤੇ ਨਾਲੇ ਗੱਲਬਾਤ ਕਰ ਜਾਂਦੀ ਆ ਸਰਪੰਚੀ ਬਾਰੇ ਆਖਰ 13 ਵੋਟਾਂ ਤੇ ਜਿੱਤੀ ਹੋਈ ਮੈਂਬਰ ਦੀਆਂ ਮੈਂਬਰ ਦੀ ਕੋਈ ਫਾਸੀ ਕਿਹੜੀ ਥੋੜਾ ਚੱਲ ਦੇਖਦੀ ਆ ਕਿੱਥੇ ਕਿੱਥੇ ਟੋਏ ਟੱਪੇ ਆ ਕੜੀਆਂ ਚ ਮੈਂ ਪੱਕੀਆਂ ਤਾਂ ਕਰਾਉਣੀਆਂ ਪੈਣਗੀਆਂ ਭਾਲੂ ਮੇਰੀ ਨਹੀਂ ਹੈਗੀ ਮੇਰੇ ਸਰਾਂ ਦੀ ਇਹ ਕਿੱਧਰ ਵੱਗੀ ਉਹਦੇ ਫਿਰਦੇ ਹੋਣੇ ਕਿਤੇ ਧੱਕੇ ਖਾਂਦੀ ਗਵਾਂਢੀਆਂ ਦੀ ਚੱਲ ਆ ਜੂਗੀ ਐ ਕਰ ਮੱਗਰਾ ਖਾ ਕੇ ਦੋ ਰੋਟੀਆਂ ਆਜ਼ਾਦ ਪਗਮ ਦੇ ਲੈ ਮੱਗਰਾ ਹੋਏ ਖਾ ਦੋ ਮੰਨੀਆਂ ਹੈ ਮੇਰੇ ਸਾਲੀ ਰੋਟੀ ਵੀ ਨਹੀਂ ਪਕਾ ਕੇ ਗਈ ਇਹਦੇ ਲੜ ਜਾਓ ਸੱਪ ਦੋ ਮੂੰਹਾਂ ਮੱਗਰਾ ਮੇਰੇ ਸਾਲੀ ਦੀ ਦੇਖ ਲੈ ਕਾਹਦੀ ਮੈਂਬਰੀ ਮਿਲ ਗਈ ਭੁੱਖੇ ਮਾਰਨ ਵਾਲਾ ਕੰਮ ਕਰਤਾ ਜਮੀ ਰੋਟੀ ਵੀ ਨਹੀਂ ਪਕਾ ਕੇ ਗਈ ਹੈਗੀ ਮੈਂਬਰ ਨਹੀਂ ਰਹੀ ਇੰਨੇ 'ਚ ਹੋ ਰਿਹਾ ਮੈਂਬਰੀ ਮੈਂਬਰੀ ਜੀ ਨੂੰ ਤਾਂ ਧਰਤੀ ਦੇ ਪੈਰ ਨਹੀਂ ਲੱਗਦੇ ਗੇ ਅੱਜ ਆ ਜਾਂਦੇ ਮੇਰੇ ਸਾਲੀ ਨੂੰ ਅੱਜ ਤਾਂ ਇਹਨੂੰ ਨਾ 13 ਦੀ ਥਾਂ 'ਤੇ 26 ਵੋਟਾਂ ਪਾ ਹੀ ਦਿੰਦਾ ਅੱਜ ਬਣਾਉਣਾ ਇਹਨੂੰ ਵੱਡੀ ਜ਼ਿੰਮੀਦਾਰ ਨਹੀਂ ਨਾਲੇ ਨੰਬਰਦਾਰ ਨਹੀਂ ਆ ਜਾਂਦੇ ਸਾਰੇ ਅਹੁਦੇ ਇਕੱਠੀ ਦੇ ਦੂੰ ਅੱਜ ਲੈ ਅੱਜ ਫਿਰ ਸਾਡੇ ਬਾਰ 'ਚ ਗੰਦ ਪਾਰਖ ਹੈ ਉਹ ਲੱਛੇ ਬਾਹਰ ਨਿਕਲੋ ਓਏ ਹੁਣ ਤਾਂ ਜਮੀ ਨੱਕ ਦੀ ਚੋਕੇ ਮੂੰਹ 'ਚ ਪੈ ਗਈ ਹੁਣ ਜਮੀ ਮਾਂ ਬਿੱਲੀ ਬਣ ਗਿਆ ਬਾਹਰ ਨਿਕਲ ਕੀ ਗੱਲ ਹੋ ਗਈ ਓਏ ਕਿਉਂ ਬੈਂਕ ਲੱਗ ਰਿਹਾ ਤੂੰ ਹੈ ਅਸੀਂ ਫਸਦਾ ਸੀ ਉਹਦੇ 50 ਲੱਖ ਰੁਪਏ ਲਾ ਕੇ ਕੋਠੀ ਦੇ ਤੇਰੇ ਵਰਗੇ ਕਾਲੀ ਮੂਹਲੇ ਦਰਸ਼ਨ ਕਰਨ ਲਈ ਪੈਂਦੇ ਰੋਜ਼ ਅੱਜ ਮੈਂ ਇੱਕ ਪਾਸਾ ਕਰਕੇ ਰਹੂੰਗਾ ਆ ਤਾਂ ਟੈਗੇ ਮਾਰੇ ਇੰਨਾ ਲਾੜ ਮੂਹਲੇ ਮੈਂ ਆਪਦੀ ਸਿੱਟ ਕੇ ਆਪ ਹੀ ਕਾਲੀ ਕਰਨਾ ਬਾਹਰ ਚ ਗੰਦ ਪਾਰ ਕੇ ਬਾਹਰ ਚ ਗੰਦ ਪਾਰ ਕੇ ਆਪ ਹੀ ਸਿੱਟ ਕੇ ਆਪ ਹੀ ਕਰਨ ਨੂੰ ਲੜਾਈ ਕਰਨਾ ਕੀ ਕਰ ਕਿਉਂ ਸਿੱਟੇ ਮੈਂ ਸਿੱਟੇ ਆ ਬਾਰੇ ਕੁੱਤੇ ਨੂੰ ਹਗ ਦਿਨ ਹੁੰਦੂ ਮਾ ਤੇਰੇ ਦੋ ਲੱਗੇ ਮਾਰੇ ਓਹੋ ਵੇ ਭਾਈ ਵੇ ਲੜੀ ਖਾਂਦੇ ਜਾਂਦੇ ਹੋ ਤੁਸੀਂ ਨਾ ਤੁਸੀਂ ਮੈਨੂੰ ਦੱਸੋ ਜੇ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਹੈ ਜੇ ਤੁਹਾਨੂੰ ਕੋਈ ਚੀਜ਼ ਚਾਹੀਦੀ ਆ ਤਾਂ ਮੈਨੂੰ ਦੱਸੋ ਵੇ ਆਖਰ ਮੈਂ 13 ਵੋਟਾਂ ਤੇ ਜਿੱਤੀ ਹੋਈ ਮੈਂਬਰ ਨਹੀਂ ਆ ਮੈਂਬਰ ਨਹੀਂ ਤੁਸੀਂ ਮੈਨੂੰ ਦੱਸੋ ਤੁਹਾਡਾ ਕੀ ਪੰਗਾ ਚਾਚੀ ਜੀ ਆ ਦੇਖ ਲਓ ਮੇਰੇ ਬਾਰ ਮੂਰੇ ਇਹਨੇ ਗੰਦ ਪਾਰਖ ਹੈ ਓਹੋ ਵੇ ਭਾਈ ਇਹ ਵੀ ਕੋਈ ਵੱਡੀ ਗੱਲ ਆ ਨਾ ਉੱਥੇ ਤਾਂ ਕਿਸਾਨਾਂ ਦੇ ਵੱਡੇ ਵੱਡੇ ਮਸਲੇ ਨਹੀਂ ਹੱਲ ਹੁੰਦੇ ਤੁਸੀਂ 4 ਕਾਗਜ਼ਾਂ ਪਿੱਛੇ ਰੋਈ ਜਾਂਦੇ ਨਾ ਨਾਲੇ ਇੱਕ ਗੱਲ ਹੋਰ ਜੇ ਇਹਨੇ ਤੇਰੇ ਦਰਵਾਜ਼ੇ ਮੂਰੇ ਗੰਦ ਪਾਤਾ ਤਾਂ ਤੂੰ ਇਹਦੇ ਦਰਵਾਜ਼ੇ ਮੂਰੇ ਪਾ ਦੇ ਵੇ ਇੱਕ ਦਾ ਜਵਾਬ ਪੱਥਰ ਨਾ ਦਈਦਾ ਪੱਥਰ ਨਾ ਹਾਂ ਵੇ ਮੇਰੀ ਗੱਲ ਸੁਣ ਇਹ ਮੈਂ ਤੈਨੂੰ ਸਹੀ ਸਲਾਹ ਦਿੰਨੀ ਆ ਆਖਰ ਮੈਂ ਵੀ 13 ਵੋਟਾਂ ਤੇ ਜਿੱਤੀ ਹੋਈ ਮੈਂਬਰ ਨਹੀਂ ਮੈਂਬਰ ਨਹੀਂ ਚਾਚੀ ਜੀ ਮੇਰੀ ਗੱਲ ਸੁਣੋ ਜੇ ਮੈਂ ਹੁਣ ਇਹਦੇ ਬਾਰ 'ਚ ਗੰਦ ਪਾਤਾ ਤਾਂ ਇਹਦੇ ਤੇ ਮੇਰੇ 'ਚ ਫਰਕ ਕੀ ਰਹਿ ਗਿਆ ਓਹੋ ਬੇ ਫਰਕ ਤਾਂ ਮੈਂ ਹੁਣੇ ਕੱਢ ਦੇਨੀ ਆ ਆਖਰ 13 ਵੋਟਾਂ ਤੇ ਜਿੱਤੀ ਹੋਏ ਮੈਂਬਰ ਨਹੀਂ ਆ ਮੈਂਬਰ ਨਹੀਂ ਤਾਂ ਜੇ ਇਹਨੇ ਤੇਰੇ ਦਰਵਾਜ਼ੇ ਤੇ ਗੰਦ ਪਾਇਆ ਤਾਂ ਤੂੰ ਉਹਦੇ ਮੂੰਹ ਤੇ ਪਵਾ ਦੇ ਇਹ ਵੀ ਕੋਈ ਵੱਡੀ ਗੱਲ ਆ ਵੱਡੀ ਗੱਲ ਨਹੀਂ ਹੈ ਨਹੀਂ ਹੈ ਪੁੱਛ ਦੀ ਬੇ ਬਚਾ ਲੈ ਲੋਕੋ ਇਹ ਤਾਂ ਅੰਤ ਵੀ ਨਹੀਂ ਕੱਢ ਦਿੱਤੇ ਕਾਹਦੀ ਮੈਂਬਰ ਨਹੀਂ ਬਣ ਗਈ ਅੱਜ ਤਾਂ ਉਤਰਿਆ ਨੇ ਮਾਰ ਹੀ ਦਿੱਤੀ ਸੀ ਰੱਬ ਦਾ ਵਾਸਤਾ ਕੁੜੇ ਚੱਪਲਾਂ ਲਾ ਕੇ ਮਗਰ ਪੈ ਗਏ ਉਤਰੇ ਮੇਰੇ ਹੈ ਚੱਲ ਕੋਈ ਗੱਲ ਨਹੀਂ ਤੂੰ ਰੱਬ ਦਾ ਇਹ ਸ਼ੁਕਰ ਕਰ ਵੀ ਮਾਲਕਾ ਮੈਨੂੰ ਕਿਸੇ ਨੇ ਹਜੇ ਦੇਖਿਆ ਨਹੀਂ ਤਾਂ ਜੇ ਮੈਨੂੰ ਕੋਈ ਦੇਖ ਲੈਂਦਾ ਮੈਂ ਲੋਕਾਂ ਮੂਹਰੇ ਕੀ ਮੂੰਹ ਲੈ ਕੇ ਤੁਰਦੀ ਮੈਂ ਤਾਂ ਮਰਨ ਜੋਗਰੀ ਹੋ ਜਾਂਦੀ ਮਰਨ ਜੋਗਰੀ ਹੈ ਉਹ ਤੇਰੇ ਮੇਰਾ ਜਲੂਸ ਕਰਤਾ ਸੀ ਚੱਲ ਕੋਈ ਨਹੀਂ ਪਰ ਸਰਪੰਚੀ ਵੀ ਤਾਂ ਲੈਣੀ ਆ ਉਹ ਖਰੇ ਵੀ ਤਾਂ ਬੰਦੇ ਨਾਲ ਵੜਦੀ ਆ ਕਿਹੜਾ ਕੁੱਤੇ ਨਾਲ ਵੜਦੀ ਆ ਰੱਬ ਦਾ ਇਹ ਸ਼ੁਕਰ ਆ ਵੀ ਮੈਨੂੰ ਕਿਸੇ ਨੇ ਅੱਖੋ ਅੱਖੀ ਨਹੀਂ ਦੇਖਿਆ ਚੱਲ ਉਹ ਪਕੜਾ ਮੰਨਣ ਨਾਲ ਜੇ ਕੱਲ ਨੂੰ ਕਿਸੇ ਨੇ ਪੁੱਛਿਆ ਵੀ ਭਾੜੇ ਕੋਈ ਗੱਲ ਹੋ ਗਈ ਸੀ ਮੈਂ ਤਾਂ ਠੋਠ ਨਾ ਕਹੂੰ ਲੈ ਮੈਂ 13 ਵੋਟਾਂ ਤੇ ਜਿੱਤੀ ਹੋਈ ਮੈਂ ਬਰਨੀ ਹੈ ਪਰ ਮੇਰੇ ਮੂੰਹ ਕਿਹੜਾ 16 ਪਈ ਜੂਗਾ ਲੈ ਇਹ ਨਹੀਂ ਕਦੇ ਹੋ ਸਕਦਾ ਚੱਲ ਕੋਈ ਗੱਲ ਹੌਸਲਾ ਰੱਖ ਬੜਾ ਹੌਸਲਾ ਹੁਣ ਮੈਂ ਘਰੇ ਚੱਲਦੀ ਹਾਂ ਹਾਏ ਹਾਏ ਆ ਗਈ ਮਹਾਰਾਣੀ ਕੋਲੇ ਕੱਚ ਕੇ ਲੋਕਾਂ ਦੇ ਓਹੋ ਵੇ ਕੋਲੇ ਕੱਚ ਕੇ ਨਹੀਂ ਆਈ ਮੈਂ ਤਾਂ ਪਿੰਡ ਦੇ ਵਿੱਚ ਗੇੜਾ ਮਾਰ ਕੇ ਆਈ ਆ ਆਖਰ 13 ਵੋਟਾਂ ਤੇ ਜਿੱਤੀ ਹੋਏ ਮੈਂਬਰ ਨਹੀਂ ਆ ਮੇਰਾ ਹੱਕ ਬਣਦਾ ਪਿੰਡ 'ਚ ਗੇੜਾ ਮਾਰਨ ਦਾ ਮੇਰੇ ਸਾਰਿਆਂ ਦੀ ਗਲਤਾਂ ਸੁਣਦਾ ਰੋਟੀ ਬਣਾ ਲਾਂਦੀ ਐਡੀ ਕਹੀ ਆ ਜੱਟਾਂ ਦੀ ਤੜਕੀ ਦੀਆਂ ਬੱਟਾਂ ਲੱਗ ਰਿਆ ਲਿਪਣ ਕਾਲਜਾ ਕਰ ਲਾਂਦੀ ਕਾਲਜਾ ਉਹ ਬਣੀਆਂ 13 ਵੋਟਾਂ ਦੀ ਵੇ ਕੋਈ ਗੱਲ ਨਹੀਂ ਮਿਲ ਜੂਗੀ ਤੈਨੂੰ ਰੋਟੀ ਆ ਪਹਿਲਾਂ ਮੈਨੂੰ ਕੰਮ ਕਰ ਦੇਖਣੇ ਵੀ ਜ਼ਰੂਰੀ ਆ ਪਿੰਡ ਦੇ ਹੈ ਨਾ ਮੇਰੀ ਗੱਲ ਸੁਣ
जे मैं पिंड दे विच ना गई ते लोकां ने मैनूं एयरपोर्ट भला कदों पाउणी आ। नाले इक गल होर, आ गलियां जिहड़ियां बणदियां सीगियां इह मैं देख के आई आं वी इहनां दा सीमेंट प्रेता बजरी भाई किन्ना क रहिंदा जे किन्ना क लग गिया। वे जे मैं ना जा के देखिया ते आह तैनूं पता ही आ जिहड़े लेबर वाले लगे हुंदे आ इह तां कम्म दा वाधा घाटा कर जाणगे। सीमेंट दा तैनूं पता ही आ बोरियां भर भर लै जांदे आ। ओए अनपढ़ टोलिया, अनपढ़ टोलिया, सरपंच मैंबर कादे वास्ते ने, पढ़े लिखे ने नाले ओह, तैनूं अनपढ़ नूं की पता। देख मेरे सारी फुकरियां मारी जांदी आ। नहीं वो तो रिजर्व सीट दी अपने जनानी दी ऊंती तां तैनूं मैंबर नहीं बनाता। तैनूं सड़ी हुई नूं कौन बनांदा दी मैंबर नहीं आई है बड़ी मैंबर नहीं इह। ਹਜੇ ਮੈਨੂੰ ਕਹਿੰਦਾ ਕੋਲੇ ਮੂੰਹ ਵਾਲੀ ਵੇ ਤੂੰ ਆਪਦਾ ਬੂਠਾ ਦੇਖਿਆ ਵੇ ਮੇਰੀ ਕਾਬਲੀਅਤ ਤੇ ਤਾਂ ਸਾਰਾ ਪਿੰਡ ਖੁਸ਼ ਆ। ਵੇ ਮੈਨੂੰ ਦੂਰੋਂ ਚਾਚੀ ਜੀ ਕਹਿ ਕੇ ਬੁਲਾਉਂਦੇ। ਹਾਂ ਨਾਲੇ ਇੱਕ ਗੱਲ ਹੋਰ, ਆ ਜਦੋਂ ਮੈਂ ਗਲੀਆਂ ਦਾ ਰੇਤਾ ਬਜਰੀ ਅੱਜ ਦੇਖਣ ਗਈ ਸੀ ਵੇ ਉੱਥੇ ਮੁੰਡੇ ਆਪਸ ਵਿੱਚ ਲੜੀ ਜਾਂਦੇ ਸੀ। ਮੈਂ ਤਾਂ ਉਹਨਾਂ ਦਾ ਫੈਸਲਾ ਕਰਾਇਆ ਫੈਸਲਾ, ਮੇਰਾ ਤਾਂ ਪਈ ਹੱਥ ਲਾ ਕੇ ਕਹਿੰਦੇ ਚਾਚੀ ਜੀ ਆਉਂਦੀਆਂ ਸਰਪੰਚੀ ਦੀਆਂ ਵੋਟਾਂ ਪੱਕੀਆਂ ਠੋਡੀਆਂ ਹਾਲ ਹੈ। ਤੇ ਨਾਲੇ ਇੱਕ ਗੱਲ ਹੋਰ, ਜਦੋਂ ਮੈਂ ਗਲੀਆਂ ਦੇ ਵਿੱਚ ਜਾਂਦੀ ਹਾਂ ਨਾ ਮੈਂ ਤਾਂ ਦੂਰੋਂ ਦੂਰੋਂ ਸਾਰੇ ਘਰ ਨਾ ਸਲਾਮਾ ਕਰਦੇ ਨੇ। ਆਖਰ ਵੇ ਮੈਂ 13 ਵੋਟਾਂ ਤੇ ਜਿੱਤੀ ਹੋਈ ਮੈਂਬਰ ਨਹੀਂ ਮੈਂਬਰ ਨਹੀਂ। ਹਾਂ ਦੇਖ ਦੇਖ ਮੇਰੇ ਸਾਰੰਗ ਦੇ ਦੋ ਮਰੂਆਂ ਚੱਪਲਾਂ। ਵੇ ਬਸ ਕਰ ਬਸ ਕਰ, ਮੈਂ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਮਾਰਦੀ ਦੇ। ਵੇ ਮੈਂ ਵੀ 13 ਵੋਟਾਂ ਤੇ ਜਿੱਤੀ ਮੈਂਬਰ ਨਹੀਂ। ਹਾਂ ਗੱਲਾਂ ਦੇ ਕਰਦਾ ਸਾਲੀ ਬਣੀਆਂ ਕਾਬਲੀਅਤ ਦੀ ਮਾਰੀ ਜਿਹੜੀਆਂ ਫੁਕਰੀਆਂ ਮੇਰੇ ਸਾਰਿਆਂ ਦੀ। ਇਹ ਜੱਟਾਂ ਦੇ ਕਹਿੰਦੀ 12 ਮਣ ਕਣਕ ਘਰੇ ਲਿਆਵੇ, ਆਪਣੇ ਤਾਂ 4 ਮਣ ਲੱਗੂਗੀ, ਅੱਖੇ 8 ਮਣ ਬਚੂਗੀ। ਮੈਂ ਘੱਟੋ ਘੱਟ ਰੋਟੀ ਦਾ ਖਾ ਲੈਂਦਾ ਜੱਟਾਂ ਦੇ ਗਰਮ ਗਰਮ, ਪੂਰੇ ਮੇਰੇ ਸਾਰੀ ਰੋਟੀ ਵੀ ਨਹੀਂ ਪਕਾਉਂਦੀ ਹੈਗੀ। ਨਾਲੇ ਗੱਲ ਸੁਣ ਲਾ ਮੇਰੀ, ਇੱਕ ਖੇਤ ਆ ਜੀ ਰੋਟੀ ਲੈ ਕੇ, ਜੇ ਰੋਟੀ ਲੈ ਕੇ ਨਾ ਆਈ ਨਾ ਮੇਰੇ ਸਾਰੀ ਨੂੰ ਨਾ ਕੁੱਟ ਕੁੱਟ ਕੇ ਬਈਆਂ ਦੀ ਪਤੀਲੀ ਵਰਗੀ ਕਰ ਦੂੰਗਾ। ਇੰਨਾ ਸੋਚ ਲਈ ਹੁਣ ਆਈ ਆ ਬੱਦੀ ਮੈਂਬਰ ਨਹੀਂ। 13 ਵੋਟਾਂ ਤੇ ਜਿੱਤਿਆ, 13 ਵੋਟਾਂ ਤੇ ਹੱਥ ਲਾ ਕੇ ਦੇਖੀ 16 ਨਹੀਂ ਲੱਗਦਾ ਮੇਰਾ। ਇਹ ਤੂੰ 28 ਦਾ ਕੁਆਰੀ, ਮੇਥੋਂ 28 ਹੋਣ ਕਿਤੇ 13 ਦੀਆਂ। ਵੇ ਤੁਰ ਜਾ ਤੁਰ ਜਾ, ਸਾਰੀ ਬਣੀਆਂ ਮੈਂਬਰ ਨਹੀਂ ਦੀ ਮੈਂਬਰ ਨਹੀਂ। ਆਖਰ ਆਏ ਕਿ ਮੈਂ ਚੱਕਰ ਖਾਣ, ਆ ਮੈਂ ਤਾਂ ਸਮਝ ਨਹੀਂ ਆਉਂਦੀ ਇੱਕ ਤਾਂ ਹੈ ਸਾਰਾ ਪਿੰਡ ਮੈਨੂੰ ਸਲਾਮਾ ਕਰਦਾ, ਸਾਰਾ ਪਿੰਡ ਮੈਨੂੰ ਚਾਚੀ ਜੀ ਕਰਕੇ ਬੁਲਾਉਂਦਾ ਹੈ ਤੇ ਕਹ ਚੌਰਾ ਇਹ ਕਦੇ ਸਿੱਧੇ ਮੂੰਹ ਨਾ ਬੋਲਿਆ ਕੋਲੇ ਮੂੰਹ ਵਾਲਾ। ਕਹਿੰਦੇ ਕੱਲ ਸਰਪੰਚ ਆਖੇ ਗਲੀਆਂ ਦੇ ਵਿੱਚ ਗੇੜੇ ਮਾਰਦਾ ਫਿਰਦਾ ਸੀ ਜਿੱਥੇ ਮੈਂ ਕੰਮ ਕਰਵਾ ਰਹੀ ਆ। ਨਾ ਭਲਾ ਸਰਪੰਚ ਦੀ ਐਡੀ ਹਿੰਮਤ ਕਿਵੇਂ ਹੋ ਗਈ ਵੀ ਮੇਰੇ ਮਗਰੋਂ ਗੇੜਾ ਮਾਰ ਜੇ ਤੇ ਮੇਰੇ ਨਾਲ ਵੋਟਾਂ ਦੱਬਣ ਨੂੰ ਫਿਰਦਾ ਹੈ ਤੇ ਨਾਲੇ ਮੇਰੀ ਪਿੱਠ ਵਿੱਚ ਗੱਲ ਸਰਪੰਚ ਕਰ ਵੀ ਕਿਵੇਂ ਜਾਊਗਾ। ਆਖਰਕਾਰ 13 ਵੋਟਾਂ ਤੇ ਜਿੱਤੀ ਹੋਏ ਮੈਂਬਰ ਨਹੀਂ ਆ, ਮੈਂ ਤਾਂ ਉਹਦੀ ਹਵਾ ਨੂੰ ਨਾ ਪਤਾ ਲੱਗਣ ਦਿਆ, ਹਵਾ ਨੂੰ ਵੀ ਮੈਂ ਕਰਕੀ ਰਹੀ ਹਾਂ। ਚੱਲ ਦਬਾ ਦਾ ਵਜਾਣਾ ਆਏ ਜਾਏ ਬਿਨਾਂ ਨਹੀਂ ਸਰਨਾ, ਆਏ ਤਾਂ ਸਰਪੰਚ ਚਲਾਕੀ ਕਰ ਜੂਗਾ ਮੇਰੇ ਨਾਲ। ਵੇ ਭਾਈ ਖੜੀ ਵੇ ਖੜੀ। ਹਾਂ ਚਾਚੀ। ਆ ਮੇਰੀ ਗੱਲ ਸੁਣ ਨਾ, ਮੈਨੂੰ ਲੈ ਕੇ ਚੱਲ ਮੈਂ ਪਿੰਡ ਦੇ ਵਿੱਚ ਗੇੜਾ ਮਾਰ ਲਿਆਉਣਾ, ਅੱਜ ਮੈਨੂੰ ਸਾਰੇ ਪਿੰਡ 'ਚ ਗੇੜਾ ਮਰਾ ਦੇ। ਤੇ ਕਿੰਨੇ ਪੈਸੇ ਲਏਗਾ ਤੂੰ? ਚਾਚੀ ਉਹ ਤਾਂ ਦਿਹਾੜੀ 400 ਰੁਪਏ ਚੱਲਦੀ ਹੈਗੀ, ਚੱਲ ਤੇਰੇ ਨਾਲ ਲਿਆ ਜੇ ਤੂੰ 300 ਦੇ ਦੀ। ਹੋਏ ਹੋਏ ਬੇ ਭਾਈ ਮੇਰੀ ਗੱਲ ਸੁਣ, ਮੈਂ ਤਾਂ ਦੇਣਾ ਦੇਖ ਉੱਕਾ ਫੁੱਕਾ 100 ਰੁਪਈਆ। ਨਾਲੇ ਇੱਕ ਗੱਲ ਹੋਰ ਬੇ, ਆਖਰਕਾਰ 13 ਵੋਟਾਂ ਨਾਲ ਜਿੱਤੀ ਹੋਈ ਮੈਂਬਰ ਨਹੀਂ ਆ ਮੈਂਬਰ ਨਹੀਂ। ਬੇ ਤੇਰੇ ਕਾਲੇ ਲਾਲ ਪੀਲੇ ਸਾਰੇ ਕਾਰਡ ਬਣਾ ਦੂੰ, ਤੂੰ ਚਾਚੀ ਦੇ ਸਿਰ ਤੇ ਐਸ਼ ਕਰੀ ਐਸ਼ ਹਾਲ। ਚਾਚੀ ਗਰਮੀ ਦਾ ਦੇਖ ਲਾ ਤੂੰ। ਓਏ ਹੋਏ ਬੇ ਗਰਮੀ ਦੀ ਕਿਹੜੀ ਗੱਲ ਕਰਦਾ, ਆ ਦੇਖ ਲਾ ਸਰਪੰਚਣੀ ਬਾਬੀ ਮਾਰੀ, ਮੈਂ ਵੀ ਤਾਂ ਗਰਮੀ 'ਚ ਫਿਰਦੀ ਆ। ਵੇ ਕੁਛ ਕਰਨ ਲਈ ਕੁਛ ਖੋਣਾ ਵੀ ਪੈਂਦਾ, ਤੂੰ ਮੇਰੇ ਸਿਰ ਤੇ ਰਾਜ ਕਰੀ ਰਾਜ ਹੈ ਬੇ, ਆਖਰ ਤੇਰੀ ਚਾਚੀ ਨੇ ਸਰਪੰਚ ਵੀ ਬਣਨਾ, ਲੈ ਜੇ ਤੈਨੂੰ ਲੋੜ ਪੈਣੀ ਆ ਕਿ ਨਹੀਂ ਦੱਸ। ਚੱਲ ਠੀਕ ਹੈ ਚਾਚੀ ਫਿਰ ਬਹਿ ਜਾ। ਓਏ ਹੋਏ ਬੇ ਰੇੜੀ 'ਚ ਬੈਠੀ ਤਾਂ ਮੈਂ ਚੰਗੀ ਨਹੀਂ ਲੱਗਣੀ, ਅਗਲਾ ਕਹੂਗਾ ਮੈਂਬਰ ਨਹੀਂ ਤਾਂ ਰੇੜੀ ਦੇ ਵਿੱਚ ਤੁਰੀ ਫਿਰਦੀ ਆ। ਓਹੋ ਮੈਨੂੰ ਤਾਂ ਲੋਕ ਵੇ ਮਜ਼ਾਕ ਕਰਨਗੇ, ਟੀਚਰਾਂ ਕਰਨਗੇ ਟੀਚਰਾਂ। ਤੂੰ ਇੱਕ ਮਿੰਟ ਰੁਕ, ਮੈਂ ਹੁਣੇ ਆਈ। ਖਰਚਾ 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 ਆਪਾਂ ਕੁਝ ਕਰ ਲਉਂਗੇ। ਲੈ ਚੱਲ ਹਰੀ ਤੇ ਲਾਲ ਕਾਪੀ ਤਾਂ ਆਪਣੇ ਕੋਲ ਹੈਗੀ ਹੈ, ਚਾਚੀ ਵੀ ਕਹਿੰਦੀ ਚਿੱਟੀਆਂ ਨੀਲੀਆਂ ਕਾਪੀਆਂ ਸਾਰੀਆਂ ਬਣਾ ਲਾਂਗੇ। ਮੈਂ ਸਾਰੀਆਂ ਬਣਾ ਦੂੰ, ਤੂੰ ਕਸਮ ਮੇਰੀ ਇਹ
ਕੇ ਬਹਿ ਜਾ ਹੁਣ ਕਹਿੰਦੇ ਹੁੰਦੇ ਨੇ ਅਫਸਰ ਰੱਖੇ ਲੱਤ ਰੱਖਦੇ ਕਿ ਵਿੱਚ ਆਪਾਂ ਵੀ ਆਏ ਬੈਂਦੇ ਆਖਰ ਸਰਪੰਚ ਜਿੱਤਣੀਆਂ ਕੜਾ ਮਾਣੀ ਮੋਟੀ ਗੱਲ ਆ ਚਾਚੀ ਪਹਿਲਾਂ ਕਿੱਧਰ ਨੂੰ ਜਾਣੇ ਹਾਂ ਇਹ ਕਰ ਅਫਸਰ ਵੀ ਤਾਂ ਕਣਕਾਂ ਤਾਂ ਹਜੇ ਪੜਦੀ ਆ ਆਹਾ ਤੂੰ ਬਣਾਈ ਆ ਛੜਕ ਇਸੇ ਨੂੰ ਪਾ ਲੈ ਇਸੇ ਨੂੰ ਹਾਂ ਚੱਲ ਤੇਰਾ ਸ਼ੇਰ ਚਾਚੀ ਤੇਰੇ ਸਿਰ ਤੇ ਮੈਂ ਇਸ ਘਰ ਨਹੀਂ ਹੈਗੀ ਆਸ਼ਾ ਲੈ ਦੱਸ ਤੂੰ ਮੇਰੇ ਸਿਰ ਤੇ ਨਾ ਰੱਜ ਕੇ ਆਸ਼ ਕਰੀ ਰੱਜ ਕੇ ਓ ਇੱਕ ਗੱਲ ਹੋਰ ਜਦੋਂ ਮੈਂ ਸਰਪੰਚ ਨਹੀਂ ਬਣ ਗਈ ਨਾ ਤੈਨੂੰ ਮੈਂ ਗਨ ਮਾਰ ਰੱਖ ਲੂ ਗਨ ਮੈਂ ਹਾਂ ਬਸ ਕਿੱਦਾਂ ਨਾ ਕਰ ਤੋਰ ਆ ਵੀ ਮੇਰੇ ਸਿਰ ਤੇ ਤੂੰ ਰਿਕਸ਼ਾ ਚਲਾਉਣਾ ਛੱਡੀ ਵੱਡੀ ਗੱਡੀ ਚਲਾ ਕੇ ਵੱਡੀ ਗੱਡੀ ਹਾਂ ਚਾਚੀ ਉਹੀ ਆ ਤਾਂ ਉਹ ਮੈਂ ਮੱਚਦੀ ਮੈਂ ਮੈਂਬਰ ਇੱਥੇ ਕੱਲਾ ਕੀ ਕਰਦਾ ਭਲਾ ਮੈਨੂੰ ਪੁੱਛਣਾ ਤਾਂ ਚਾਹੀਦਾ ਸੀ ਵੀ ਮੈਂ ਉੱਥੇ ਜਾਵਾਂ ਕਿ ਨਾ ਹੁਣ ਮੇਰੇ ਮਗਰੋਂ ਕੱਲਾ ਹੈ ਕੀ ਫੈਸਲਾ ਲੈ ਰਿਹਾ ਪਿੰਡ ਦਾ ਮੈਂ ਕਰ ਆਪਣੀ ਗੱਡੀ ਨਾ ਜਾ ਕੇ ਸਿੱਧੀ ਮੈਂਬਰ ਦੇ ਪੈਰਾਂ 'ਚ ਲਾਵੇ ਆਪਾਂ ਪਹਿਲਾਂ ਉਹਦੇ ਲੱਗੇ ਸਾਰ ਨਵੀਂ ਨਾ ਚਾਚੀ ਇੱਥੇ ਆ ਕੇ ਮੇ ਗਿਆ ਚਲ ਗੱਡੀ ਮਿੱਟਾ ਮਿੱਟੀ ਫੁੱਲ ਸਪੀਟਾ ਤੇ ਲਾ ਦੇ ਚਾਚਾ ਮੈਨੂੰ ਐਂ ਦੱਸ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਬੈਠੇ ਨੂੰ ਜੇ ਸੀ ਬੀ ਆਊਗੀ ਕਿ ਨਾ ਆਊਗੀ ਤੈ ਫੋਨ ਕਰਿਆ ਕਿ ਨਾ ਨਾ ਸਰਪੰਚ ਨਹੀਂ ਆਇਆ ਕਿੱਥੇ ਆ ਉਹ ਫੋਨ ਛੱਡ ਮੈਂ ਤਾਂ ਘਰੇ ਜਾ ਕੇ ਆਇਆ ਉਹਦੇ ਮੈਂ ਤਾਂ ਕਹਿੰਦਾ ਮੈਂ ਰੋਟੀ ਖਾ ਕੇ ਤੇਰੇ ਮਾਗਰੀ ਆਇਆ ਕਹਿੰਦਾ ਸਰਪੰਚ ਕਿੱਧਰ ਜਾ ਰਿਹਾ ਅੱਜ ਸਰਪੰਚ ਦਾ ਜੋ ਮੂਨ ਕੇ ਥਾਣੇ ਚ ਰੌਲਾ ਜਿਹਾ ਹੋ ਗਿਆ ਆਪਾਂ ਆਪਣੀ ਡਿਊਟੀ ਲਾਈ ਅੱਜ ਆਪਾਂ ਨੂੰ ਤਾਂ ਦੱਸ ਜਾਂਦਾ ਵੀ ਮੈਂ ਉੱਥੇ ਜਾਣਾ ਮੈਨੂੰ ਕਹਿ ਕੇ ਗਿਆ ਉਹ ਬੈਠੇ ਚਾਚੀ ਲੈ ਸਾਰ ਉਹਨਾਂ ਦੀ ਦੇਖੀ ਚੱਲ ਮੈਂ ਹੁਣੇ 5 ਮਿੰਟਾਂ ਚ ਦੇਖਦੀ ਕੀ ਕੁਝ ਕਰਦੀ ਉੱਥੇ ਆ ਜਾ ਉਹ ਚਾਚਾ ਤੂੰ ਤਾਂ ਜੇਸੀਬੀ ਨੂੰ ਕਹਿੰਦਾ ਸੀ ਆ ਵੱਡੀ ਮਸ਼ੀਨ ਕਿੱਧਰੋਂ ਆ ਗਈ ਮੈਂ ਇਹ ਚੁੱਪ ਕਰੇ ਉਹ ਕਿਤੇ ਸਰਪੰਚ ਨੇ ਤਾਂ ਨਹੀਂ ਭੇਜਤੀ ਉਹ ਤੂੰ ਦੇਖ ਮੈਂ ਵੀ ਨਹੀਂ ਕਿਹਾ ਇਹਨੂੰ ਕਹਿਣ ਕੋਈ ਕਹਿ ਕੇ ਨਹੀਂ ਆਇਆ ਇਹਨੂੰ ਸਰਪੰਚ ਨੇ ਭੇਜਤੀ ਮੈਨੂੰ ਲੱਗਦਾ ਤਾਂ ਸਿੱਲਾਂ ਵਾਲੇ ਬੰਦਰਾਂ ਵਾਂਗੂ ਨੱਚੀ ਜਾਊਗੀ ਨਾ ਵੀ ਸੁੱਚ ਕਿਤੋਂ ਵੀ ਬੰਦ ਹੋ ਜੂ ਲੈ ਪੈ ਗਿਆ ਪੰਗਾ ਹੁਣ ਪਾਉ ਪਥੋੜੀ ਕੋਈ ਹੋਰ ਇਹ ਦਿਮਾਗ ਖਾ ਲਈ ਸਤਿ ਸ਼੍ਰੀ ਅਕਾਲ ਚਾਚੀ ਜੀ ਨਾ ਸਾਸਰੀ ਗੱਲ ਭਾਈ ਨਾ ਕੀ ਗੱਲ ਤੁਸੀਂ ਦੋਨੇ ਬੈਠੇ ਕੀ ਸਲਾਹ مشورہ ਕਰਦੇ ਪਏ ਨਾ ਮੇਰੇ ਬਿਨਾਂ ਪੁੱਛੇ ਹੀ ਵੇ ਮੈਨੂੰ ਪੁੱਛਣਾ ਤਾਂ ਤੁਹਾਡਾ ਫਰਜ਼ ਬਣਦਾ ਉਹ ਆਖਰ ਮੈਂ ਵੀ 13 ਵੋਟਾਂ ਤੇ ਜਿੱਤੀ ਹੋਈ ਮੈਂਬਰ ਨਹੀਂ ਆ ਓਏ ਜੀ ਕੋਈ ਗੱਲ ਨਹੀਂ ਚਾਚੀ ਜੀ ਜੇਸੀਬੀ ਨੇ ਆਣਾ ਦਾ ਕੰਮ ਹੈ ਅੱਛਾ ਜੇਸੀਬੀ ਸਾਹਿਬ ਆ ਰਹੇ ਨੇ ਨਾ ਦੱਸ ਮੈਂ ਐਡਾ ਵੱਡਾ ਅਫਸਰ ਆ ਰਿਹਾ ਨਾ ਤੁਸੀਂ ਕੋਈ ਠੰਡਾ ਨਾ ਤੱਪਾ ਨਾ ਕੋਈ ਚਾਚੀ ਚਾਚੀ ਮੈਂ ਵੀ 110 ਵੋਟਾਂ ਦੇ ਜਿੱਤੇ ਹੋਏ ਹਾਂ ਵੇ 110 ਨੂੰ ਕਿਹੜਾ ਪੁੱਛਦਾ ਵੇ ਅਗਲਾ ਆਏ ਪੁੱਛਦਾ ਵੀ 13 ਵੋਟਾਂ ਤੇ ਜਿੱਤੀ ਤਾਂ ਜਿੱਤੇ ਕਿਵੇਂ ਚਲ ਠੀਕ ਹੈ ਚਾਚੀ ਤੂੰ ਠੰਡੀ ਰੈਮਡੀ ਜੀ ਕੋਈ ਨਾ ਮੰਗਾ ਲੈ ਸਭ ਕੁਝ ਮੰਗਾ ਲੈ ਜਿਹੜਾ ਤੂੰ ਕਹਿੰਦੀ ਨਾ ਉਹ ਕੁਝ ਮੰਗਾ ਲਾਂਗੇ ਹਾਂ ਹੱਕ ਬਣਦਾ ਭਾਈ ਬਣਾਉਂਦਾ ਹੱਕ ਬਣਦਾ ਉਹ ਦੇਖੋ ਉਹ ਸਾਡਾ ਮੁੰਡਾ ਨਾ ਨਾਲ ਮੈਂ ਤਾਂ ਇਹਨੂੰ ਵੀ ਕਿਹਾ ਵੀ ਜਦ ਮੈਂ ਸਰਪੰਚ ਨਹੀਂ ਬਣ ਗਈ ਤੈਨੂੰ ਜਦੇ ਗੰਨ ਮਨ ਰੱਖੂਗੀ ਅੱਡੇ ਗੱਲਾਂ ਚੱਲਦੀਆਂ ਚਾਚੀ ਲੈ ਤੂੰ ਦੇਖ ਤਾਂ ਸਹੀ ਮੈਂ ਤਾਂ ਪਾ ਦੂੰ ਪਟਾਕੇ ਪਟਾਕੇ ਮਗਰਾ ਕਿਸਮਤ ਤਾਂ ਤੇਰੀ ਮਾੜੀ ਆ ਯਾਰ ਟਾਇਰ ਅੱਜ ਫੇਰ ਪੈਂਚਰ ਹੋ ਗਿਆ ਮੇਰਾ ਸਾਲਾ ਮਹਾ ਚੱਲ ਤੁਰ ਕੇ ਰੋਟੀ ਖਾਣੇ ਆ ਘਰੇ ਹੋ ਮੇਰੇ ਸਾਲੀ ਮੈਂਬਰਾਂ ਨੂੰ ਕਿਵੇਂ ਘੇਰਾ ਪਾਈ ਖੜੀ ਆ
पता नहीं रोटी बनाई होनी पता नहीं ना बनाई होनी, जाके पहला तो इसे नाले कर दा गल। मैं गल सुन वे भाई, आ तुसी तो आप इट्टा ते बैठे हो, भला जेसीबी साहब नु तुसी किथे बिठाओगे? हैं आ देख लो, जदों पिछली बार डीएमसी साहब आए सी, अच्छा जी, ओदों मैं अठां तरह दा ता पानी बना लिया सी, पानी आ नींबू वाला जल जीरा ते आ सुखा जमीन है, आ मैंगो छे मैंगो छे सारे इकट्ठे करते सी, ते जेसीबी साहब ते बैठण वास्ते मैं सोफे मंगाए सी, सोफे ओ कोई ना परजाई, असीं आपे कर दांगे सारा प्रबंध, चुप रह तू। की करोगे तुसी वे मुंडा जेसीबी साहब आउण वाले ने पोना ते होजे तक नुआ थोड़े को कोई बैठण नु कुर्सी ते नुआ पीण नु ठंडा तत्ता मत करोगे दस तुसी की? ओ चाची ठंडी रह, मन्ना दा तू लड़के ही है किसे नाल? ओए लड़दा का तो भाई पुछा कर दा ओ भाई फ्रीका और मेंबर साहब तकड़े हो, ठीक है भाई किवें रह गए? आ तेरी मेंबर नु ले जा, साडा दिमाग खा गई, ओ जेसीबी ने आना सी काम चलाना है, जेब सी और ओए वा हो तैनु की पता अड़पट हो दे नु वे जेसीबी साहब कोई बड्डा लीडर बड्डा लीडर पिछली बार डीएमसी साहब आए सी, देख ला मैं किन्ना मानदान कीता सी ओना दा, किन्ना प्रबंध कीता सी, ते एह कहिंदा मैं इन्ना वोटां ते जित्तिया ते हज तक कुर्सी कोई लईके नहीं आया, आ बिट्ठा ते बैठा देख ला चाचा हले सानू कहंदी मेरे सारां दी जेबीसी आऊगी ते बन्ना लांदे होने टोबे ते, एह मशीन आहो एडीसी आई पिछली बार, चल वे वे खर्चा वे खर्चा वे एक मिनट फुरता ले मेरी चौरिया वे कुर्सी करती आ करती वे सरकार ने जित्ती, चल फुट फुट चल क्या चाची मिर्गी सरपंची चक 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 कुछ देख चक चक ए आ जा हुन ओ मैं तेरा थी सभी वोटा चल मेरे सली ने खैरू पार फेंक ली डीसीआर देखने वाले सारे दर्शकों नु प्यार भरी सत श्री अकाल बाबियो जिहड़ी गल दा इंतजार थी मौका आ गया खुशी दा साडे हरदीप भैण आ गई वापस ये करके अपन कई वीडियो रुकिया पियां चार पाँच स्टोरियां साढ़े को लिखिया पियां जो कि बनाने वाली रिंदियां थी हूँ गर्द ठा के रखा बाबे लाइक शेयर तो कमेंट तुम्हें नहीं करना शेयर बद तो बद कर दिया करो जी अज की वीडियो है सूँ किमें लगी कमेंटा के जरूर दस्यो हूँ कोई चक्कर नहीं है लगातार वीडियो आन गया हरदीप भैन नाल आन गया ਬਈ ਸਾਰਿਆਂ ਨੇ ਸਾਡੀ ਵੀਡੀਓ ਨੂੰ ਦੇਖਣਾ ਤੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨਾਲੇ ਸਾਡਾ ਚੈਨਲ ਸਬਸਕ੍ਰਾਈਬ ਕਰ ਦੋ ਹੁਣ ਤਾਂ ਅਸੀਂ ਧੂੜਾ ਪਾ ਦਾਂਗੇ ਧੂੜਾ ਹਾਂ ਨਵੀਂ ਤਾਂ ਨਵੀਂ ਗੱਲ ਲੈ ਕੇ ਤੁਹਾਡੇ ਅੱਗੇ ਪੇਸ਼ ਹੋਮ ਆ ਗਿਆ ਆਖਰ 13 ਵੋਟਾਂ ਤੇ ਜਿੱਤੀ ਹੋਈ ਮੈਂ ਬਰਨੀ ਕਰ ਘੱਟ ਮੈਂ ਕਿਸੇ ਤਾਂ ਮੇਰੇ ਸਾਲਿਆਂ ਦੀ ਹੂਰੇ ਵੀ ਨਹੀਂ ਦੇਖਦਾ ਟਿਕਦੀ ਬਾਬੇ ਫੁਕਰੀਆਂ ਮਾਰਨ ਕਣੀਓ ਫੁਕਰੀਆਂ ਮਾਰੀਏ ਜਾਊਗੀ ਬਸ ਮੈਂ ਚੁੱਪ ਕਰ ਫੁਕਰੀ ਵੀ ਕਿਸੇ ਤੋਂ ਬਾਜਦੀ ਜਿਹੜਾ ਖੜਾ ਫੁਕਰੀ ਵੀ ਨਹੀਂ ਮਾਰ ਸਕਦਾ किसान मजदूर एकता जिंदाबाद।